You are watching Channel Y. Channel Y, a South Asian Canadian channel. ਗੁਰਦਾਸਪੁਰ ਦੇ ਹਲਕਾ ਕਾਦੀਆ ਪਹੁੰਚੇ ਸ਼੍ਰੋਮਣੀ ਅਕਾਲੀ ਦਲ ਦੇ ਸਾਬਕਾ ਮੰਤਰੀ ਬਿਕਰਮ ਸਿੰਘ ਮਜੀਠੀਆ ਨੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਉੱਤੇ ਸਿਆਸੀ ਵਾਰ ਕਰਦੇ ਹੋਏ ਕਿਹਾ ਕਿ ਜਾਖੜ ਗੁਰਦਾਸਪੁਰ ਛੱਡ ਕੇ ਆਪਣੇ ਹਲਕੇ ਫਿਰੋਜ਼ਪੁਰ ਤੋਂ ਲੋਕ ਸਭਾ ਚੋਣ ਲੜੇ ਅਤੇ ਜਿੱਤ ਕੇ ਦਿਖਾਵੇ। ਉੱਥੇ ਹੀ ਉਹਨਾਂ ਨੇ ਅੰਮ੍ਰਿਤਸਰ ਸੀਟ ਉੱਤੇ ਸਾਬਕਾ ਪ੍ਰਧਾਨ ਮੰਤਰੀ ਮਨਮੋਹਨ ਸਿੰਘ ਵੱਲੋਂ ਚੋਣ ਲੜਨ ਤੋਂ ਮਨਾ ਕਰਨ ਉੱਤੇ ਉਹਨਾਂ ਕਿਹਾ ਕਿ ਕਾਂਗਰਸ ਪਾਰਟੀ ਨੇ ਚੋਣਾਂ ਦੇ ਦੌਰਾਨ ਮਨਮੋਹਨ ਸਿੰਘ ਅੱਗੇ ਲੋਕਾਂ ਦੇ ਨਾਲ ਵੱਡੇ ਦਾਅਵੇ ਕੀਤੇ ਸਨ, ਲੇਕਿਨ ਉਹਨਾਂ 'ਚੋਂ ਕੋਈ ਵੀ ਵਾਅਦਾ ਪੂਰਾ ਨਹੀਂ ਕੀਤਾ, ਜਿਸ ਦੇ ਚੱਲਦੇ ਮਨਮੋਹਨ ਸਿੰਘ ਇਸ ਲਈ ਅੰਮ੍ਰਿਤਸਰ ਤੋਂ ਲੋਕ ਸਭਾ ਦੇ ਲਈ ਚੋਣ ਨਹੀਂ ਲੜ ਰਹੇ, ਕਿਉਂਕਿ ਕਾਂਗਰਸ ਨੇ ਪਿਛਲੇ ਚੋਣਾਂ ਜਿੱਤਣ ਦੇ ਲਈ ਮਨਮੋਹਨ ਸਿੰਘ ਦੇ ਚਿਹਰੇ ਦਾ ਇਸਤੇਮਾਲ ਕੀਤਾ ਸੀ। ਕਾਂਗਰਸ ਆਪ ਇੰਨੀ ਬੁਰੀ ਤਰੀਕੇ ਨਾਲ ਫੇਲ ਹੋ ਚੁੱਕੀ ਹੈ, ਪਿੱਟ ਚੁੱਕੀ ਹੈ ਕਿ ਮੌਜੂਦਾ ਕਾਂਗਰਸ ਦੀ ਲੀਡਰਸ਼ਿਪ ਨੂੰ, ਲੀਡਰਸ਼ਿਪ ਦਾ ਮਤਲਬ ਮੁੱਖ ਮੰਤਰੀ ਸਾਹਿਬ ਤੇ ਉਹਨਾਂ ਦੇ ਮੰਤਰੀ ਤੇ ਜਾਖੜ ਸਾਹਿਬ ਕਿਉਂਕਿ ਉਹ ਪ੍ਰਧਾਨ ਹੈ, ਉਹਨਾਂ ਨੂੰ ਆਪਦੀ ਗੱਲ ਤੇ ਭਰੋਸਾ ਨਹੀਂ। ਤਦੇ ਅੰਮ੍ਰਿਤਸਰ ਵਾਸਤੇ ਡਾਕਟਰ ਮਨਮੋਹਨ ਸਿੰਘ ਜੀ ਨੂੰ ਲੈਣ ਗਏ, ਮਗਰ ਡਾਕਟਰ ਮਨਮੋਹਨ ਸਿੰਘ ਜੀ ਸਿਆਣੇ ਰਹੇ। ਉਹਨਾਂ ਨੇ ਮਹਿਸੂਸ ਕੀਤਾ ਕਿ ਚੋਣ ਮੈਨੀਫੈਸਟੋ ਵੇਲੇ ਵੀ ਮੈਨੂੰ ਇਸ ਤਰ੍ਹਾਂ ਲਿਆ ਕੇ ਮੇਰੇ ਤੋਂ ਵਾਅਦਾ ਜ਼ਰੂਰ ਕਰਾਤਾ ਤੇ ਇੱਕ ਵਾਅਦਾ ਵੀ ਉਹਦੇ ਚੋਂ ਪੂਰਾ ਨਹੀਂ ਕੀਤਾ ਤੇ ਮੈਂ ਲੋਕਾਂ ਨਾਲ ਧੋਖਾ ਨਹੀਂ ਕਰ ਸਕਦਾ। ਉਹਨਾਂ ਨੇ ਸਾਫ਼ ਇਨਕਾਰ ਕਰਤਾ ਕਿ ਨਹੀਂ ਜੀ ਮੈਂ ਨਹੀਂ ਲੜਦੀ। ਮਗਰ ਮੈਨੂੰ ਹੈਰਾਨਗੀ ਇਹ ਹੁੰਦੀ ਹੈ ਕਿ ਜਿਹੜਾ ਬੰਦਾ ਆਪਦੇ ਘਰੋਂ ਰਿਜੈਕਟਡ ਹੋਵੇ, ਹੁਣ ਜਾਖੜ ਸਾਹਿਬ ਨੂੰ ਅਬੋਰ ਦੇ ਲੋਕਾਂ ਨੇ ਵਿਹਲਾ ਕਰਤਾ ਤੇ ਉਹ ਅਬੋਰ ਛੱਡ ਕੇ ਜਿਹੜਾ ਆਪਦੇ ਘਰ 'ਚ ਫੇਲੀਅਰ ਹੋ ਗਿਆ, ਅੱਜ ਉਹ ਆ ਕੇ ਗੁਰਦਾਸਪੁਰ ਤੋਂ ਚੋਣ ਲੜ ਰਹੇ ਆ, ਫਿਰ ਕਹਿ ਰਹੇ ਕਿ ਕਾਂਗਰਸ ਦੀ ਕਾਰਗੁਜ਼ਾਰੀ ਬੜੀ ਚੰਗੀ। ਜੇ ਐਡੀ ਚੰਗੀ ਹੈ ਤੇ ਹਿੰਮਤ ਵਿਖਾਓ। ਮੈਂ ਚੈਲੰਜ ਦਿੰਦਾ, ਜਾ ਕੇ ਫਿਰੋਜ਼ਪੁਰ ਤੋਂ ਚੋਣ ਲੜੋ ਆਪਣੇ ਘਰ 'ਚੋਂ ਤੇ ਲੋਕ ਫੈਸਲਾ ਕਰ ਲੈਣਗੇ। ਆ ਕੁਝ ਕਾਂਗਰਸੀ ਵੀ ਇਹੀ ਗੱਲ ਕਹਿ ਰਹੇ ਆ ਤੇ ਮੈਂ ਤਾਂ ਉਹਨਾਂ ਤੋਂ ਮੈਂ ਪਹਿਲਾਂ ਇਹ ਗੱਲ ਕੀਤੀ ਸੀ ਕਿ ਜੇ ਤੁਹਾਡੀ ਕਾਰਗੁਜ਼ਾਰੀ ਇੰਨੀ ਚੰਗੀ ਹੈ ਫਿਰ ਸੱਜੇ ਖੱਬੇ ਨਾ ਭੱਜੋ, ਕਿਉਂਕਿ ਨਵੇਂ ਲੋਕਾਂ ਨੇ ਨਹੀਂ ਤਜਰਬਾ ਹੁੰਦਾ, ਘਰਦਿਆਂ ਦੇ ਲੋਕਾਂ ਨੂੰ ਵੱਧ ਪਤਾ ਹੁੰਦਾ ਘਰ ਦੇ ਬਾਰੇ, ਘਰ ਦੇ ਬੰਦੇ ਬਾਰੇ, ਤੇ ਜਾ ਕੇ ਬੋਰ ਤੋਂ ਲੜੋ, ਫਿਰੋਜ਼ਪੁਰ ਤੋਂ ਲੋਕ ਸਭਾ ਲੜੋ ਜੇ ਹਿੰਮਤ ਹੈ। ਮਗਰ ਮੈਂ ਤੁਹਾਨੂੰ ਸਪਸ਼ਟ ਕਰਦਾ ਉਹਨਾਂ ਨੇ ਲੜਨੀ ਨਹੀਂ, ਉਹ ਮੈਦਾਨ ਉੱਥੋਂ ਛੱਡ ਕੇ ਭੱਜ ਚੁੱਕੇ ਕਿਉਂਕਿ ਉਹਨਾਂ ਪਤਾ ਮੈਨੂੰ ਹਾਰ ਹੋ ਜਾਣੀ। ਕੋਈ ਸਾਰੇ ਜਿਹੜੇ ਗੱਠਜੋੜ ਹੈ ਕਾਂਗਰਸ ਕਰਾ ਰਹੀ ਆ, ਮਕਸਦ ਇੱਕ ਹੈ ਕਿ ਵਿਰੋਧੀ ਧਿਰ ਦੀ ਵੋਟ ਜਿਹੜੀ ਡਿਵਾਈਡ ਹੋਵੇ, ਉਹਦੇ ਨਾਲ ਫਾਇਦਾ ਕਾਂਗਰਸ ਨੂੰ ਪਹੁੰਚਦਾ। ਇਹ ਜਿੰਨੇ ਵੀ ਗੱਠਜੋੜ ਦੀ ਫਾਈਨੈਂਸਿੰਗ ਤੇ ਗੱਠਜੋੜ ਕਰਾਉਣੇ, ਇਹ ਸਾਰੇ ਤੇ ਸਾਰੇ ਕਾਂਗਰਸ ਭਵਨ ਤੇ ਬਹਿ ਕੇ ਪਲੈਨਿੰਗ ਹੋ ਰਹੀ ਹੈ, ਕੌਣ ਕਿੱਥੋਂ ਲੜੂਗਾ, ਕੌਣ ਕਿਹੜਾ ਕੈਂਡੀਡੇਟ ਹੋਊਗਾ, ਕਾਂਗਰਸ ਦੇ ਮੁਕਾਬਲੇ ਕਿਹੜਾ ਕੈਂਡੀਡੇਟ ਆਵੇ ਜਿਹਦੇ ਨਾਲ ਅਕਾਲੀ ਦਲ ਦਾ ਨੁਕਸਾਨ ਹੋਵੇ ਤੇ ਕਾਂਗਰਸ ਦਾ ਫਾਇਦਾ ਹੋਵੇ। ਅੱਜ ਵਿਧਾਨ ਸਭਾ ਦੇ ਅੰਦਰ ਵੀ ਦੇਖੋ, ਅੱਜ ਕਨਸਟੀਟਿਊਸ਼ਨ ਦੀਆਂ, ਸੰਵਿਧਾਨ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ। ਜਦ 3 ਮੈਂਬਰ ਅਸਤੀਫਾ ਦੇ ਗਏ ਆ, 7 ਵੱਖ ਹੋ ਗਏ ਆ, ਤੇ ਫਿਰ ਉਹਨਾਂ ਨੂੰ ਲੀਡਰ ਆਫ ਆਪੋਜੀਸ਼ਨ ਦੀ ਕੁਰਸੀ ਤੇ ਬੈਠੇ ਜੇ ਉਹ ਹੈਗੇ ਆਪ ਵਾਲੇ ਤੇ ਕਾਂਗਰਸ ਦੀ ਰਹਿਮੋ ਕਰਮਨ ਨਾਲ ਬੈਠੇ, ਨਹੀਂ ਤਾਂ ਉਹ ਬਹਿ ਨਹੀਂ ਸਕਦੇ। ਤੇ ਗੱਠਜੋੜ ਤਾਂ ਸਿੱਧਾ ਹੀ ਆ, ਭਾਵੇਂ ਉਹਨਾਂ ਦਾ, ਭਾਵੇਂ ਜਿਹੜਾ ਅਸਤੀਫਾ ਦੇ ਕੇ ਗਏ ਉਹਨਾਂ ਦਾ ਮਨਜ਼ੂਰ ਨਹੀਂ ਹੁੰਦਾ ਖਹਿਰੇ ਅਰਗਿਆਂ ਦਾ, ਜਾਂ ਬਲਦੇਵ ਸਿੰਘ ਹੋਰਾਂ ਜਿਹੜੇ ਮਾਸਟਰ ਬਲਦੇਵ ਸਿੰਘ ਉਹ ਕੈਂਡੀਡੇਟ ਬਣ ਗਏ ਆ, ਹੁਣ ਤੱਕ ਤਾਂ ਉਹਨਾਂ ਦਾ ਅਸਤੀਫਾ ਪ੍ਰਵਾਨ ਹੋ ਜਾਣਾ। ਖਜ਼ਾਨੇ ਦੀ ਲੁੱਟ ਹੋ ਰਹੀ ਹੈ, ਕਾਂਗਰਸ ਨਾਲ ਕਰਾ ਰਹੀ ਹੈ। ਸਿਆਣੇ ਆ ਜੀ, ਉਹਨਾਂ ਨੂੰ ਪਤਾ ਕੋ ਲੋਕਾਂ ਨੇ ਝੱਲਣਾ ਨਹੀਂ, ਜ਼ਮਾਨਤਾਂ ਜ਼ਬਤ ਹੋਣੀਆਂ ਤੇ ਉਹਨਾਂ ਨੇ ਹੁਣ ਜਿਵੇਂ ਮੁਰਗੇ ਲਾ ਕੇ ਫਸਾਈ ਦੇ ਨਾ, ਕਲੱਬ ਤਾਂ ਨਹੀਂ ਠੀਕ ਇਹ, ਮਗਰ ਜਿਵੇਂ ਕਿਸੇ ਨੂੰ ਲਿਆ ਕੇ ਫਸਾਉਣ ਵਾਲਾ ਕੰਮ ਕਰ ਰਿਹਾ, ਆਪ ਨਹੀਂ ਲੜਦੇ, ਨਹੀਂ ਤਾਂ ਐਡਾ ਕੰਮ ਚੰਗਾ ਹੋਵੇ। ਮੈਂ ਧੰਨਵਾਦੀ ਆ, ਅੱਜ ਬੜੀ ਵੱਡੀ ਜੁਆਇਨਿੰਗ ਉਹਨਾਂ ਦੇ ਪਰਿਵਾਰ ਚੋਂ ਸਾਡੇ ਨਾਲ ਹੋ ਰਹੀ ਹੈ। ਉਹ ਇਸ ਲਈ ਹੋ ਰਹੀ ਹੈ ਕਿਉਂਕਿ ਉਹ ਵੀ ਕਾਂਗਰਸ ਦੇ ਕੋਲੋਂ ਕਿਵੇਂ ਕੈਪਟਨ ਅਮਰਿੰਦਰ ਸਿੰਘ ਦੇ ਫੋਨ ਆਉਂਦੇ, ਕਿਵੇਂ ਜਾਖੜ ਸਾਹਿਬ ਦੇ ਫੋਨ ਆਉਂਦੇ, ਕਿਵੇਂ ਉਹ ਸਾਰਾ ਫੈਸਲਾ ਕਰ ਰਹੇ, ਫੰਡਿੰਗ ਕਰ ਰਹੇ, ਰਵਿੰਦਰ ਸਿੰਘ ਦੇ ਫੋਨ ਆਉਂਦੇ, ਉਹਦੇ ਵਿਰੋਧ 'ਚ ਉਹ ਛੱਡ ਕੇ ਪੰਥ ਨਾਲ ਖਲੋਣ ਦਾ ਮਨ ਬਣਾਇਆ। Watching Channel Y. Channel Y. a South Asian Canadian channel.